ਇਹਨਾਂ ਤੇ ਕੋਈ ਰੇਡ ਮਾਰਦਾ ਵੀ ਤੁਸੀਂ ਲੋਕਾਂ ਦੀ ਚੰਬ ਲਾ ਕੇ ਲੈ ਜਾਂਦੇ ਹੋ ਕੋਈ ਰੇਡ ਮਾਰਦਾ ਇਹਨਾਂ ਤੇ ਮੈਨੂੰ ਦੱਸੋ ਆ ਜਿੰਨੀਆਂ ਦਵਾਈਆਂ ਸਾਡੇ ਕੋਲੇ ਹੈ ਅੱਜ ਮੈਂ ਤੁਹਾਨੂੰ ਦਵਾਈਆਂ ਦਿਖਾਉਣਾ ਠੀਕ ਹੈ ਆ ਇੱਕ ਤੁਹਾਨੂੰ ਮਾਸਕ ਦਿਖਾਉਣੇ ਆ ਲੈ ਦੇਖਿਓ 95 ਰੁਪਏ 200 250 ਇਹ ਇੱਕ ਮਾਸਕ ਜਿਹੜਾ ਆਮ ਕੋਵਿਡ 19 ਦੇ ਵਿੱਚ ਵਰਤਿਆ ਜਾਂਦਾ ਡੱਬੀ ਚ ਆਇਆ ਠੀਕ ਹੈ ਆ ਆ ਮਾਸਕ ਆ ਦੇਖੋ ਜੀ ਜਿਹਨੂੰ ਫਿਲਟਰ ਵਾਲਾ ਮਾਸਕ ਕਹਿੰਦੇ ਆ 250 ਰੁਪਇਆ ਇਹਦਾ ਬਾਜ਼ਾਰ ਚ ਰੇਟ ਹੈ 250 ਤੋਂ 300 ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਨਾਨਕ ਮੋਦੀ ਖਾਨ ਨੇ ਰੇਟ ਪੜ੍ਹ ਲਿਆ ਇਹਦਾ ਕੀ ਲਿਖਿਆ ਲਿਖਿਆ ਕਿੱਥੇ ਉਹਦੇ ਆ ਡੱਬਾ ਦਿਖਾ ਮੈਨੂੰ ਆ ਲਓ ਜੀ ਆ ਆ 40 ਰੁਪਇਆ ਰੇਟ ਲਾਇਆ ਜੀ ਇਹਦਾ 40 ਰੁਪਇਆ ਮਤਲਬ ਕਹਿਣ ਤੋਂ ਭਾਵ ਸਾਡਾ ਸਿਰਫ ਇੱਥੇ ਅਵੇਅਰਨੈਸ ਡਰਾਈਵ ਹੈ ਵੀ ਯਾਰ ਅਸੀਂ ਇਹ ਸੇਵਾ ਸ਼ੁਰੂ ਕਰੀ ਹੈ ਨਾ ਸਾਡਾ ਮਕਸਦ ਕੀ ਹੈ ਵੀ ਐਡੀ ਲੁੱਟ ਖਸੁੱਟ ਚੱਲਦੀ ਹੈ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਸਾਡਾ MP ਚੀਕਾ ਮਾਰਦਾ ਵੀ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ ਅਸੀਂ ਤੇ ਖਾਲਸਾ ਗੱਲ ਤੁਹਾਨੂੰ ਦੱਸਦੇ ਆ ਇਹ ਜਿਨ੍ਹਾਂ ਨੂੰ ਤੁਸੀਂ MP ਬਣਾਇਆ ਜਿਨ੍ਹਾਂ ਨੂੰ ਤੁਸੀਂ ਮੰਤਰੀ ਬਣਾਇਆ ਟਿੱਲ ਦਾ ਜ਼ੋਰ ਲਾਇਆ ਪਿਆ ਵੀ ਗੁਰੂ ਨਾਨਕ ਮੋਦੀ ਖਾਨਾ ਬੰਦ ਕਰੋ ਟਿੱਲ ਦਾ ਜ਼ੋਰ ਲੱਗਿਆ ਪਿਆ ਇਹਨਾਂ ਦਾ ਮੈਂ ਬਾਰ ਬਾਰ ਕਹਿੰਦਾ ਕੋਈ ਪਤਾ ਨਹੀਂ ਕਿੱਦਣ ਬੰਦ ਕਰਾ ਦੇਣਾ ਪਰ ਜਿੰਨਾ ਚਿਰ ਹੈਗੇ ਆ ਸੱਚ ਉਜਾਗਰ ਕਰਕੇ ਜਾਵਾਂਗੇ ਭਾਵੇਂ 4 ਦਿਨ ਸੇਵਾ ਮਿਲੇ ਭਾਵੇਂ 4 ਹਫ਼ਤੇ ਸੇਵਾ ਮਿਲੇ ਜਿੰਨਾ ਚਿਰ ਬੈਠੇ ਆ ਸੱਚ ਦੱਸਾਂਗੇ 57 ਰੁਪਏ ਦੀ ਹੈ ਪਰ 80 ਰੁਪਏ ਦੀ ਪਈ ਹੈ ਲਿਆ ਆ ਲਓ ਜੀ ਦਵਾਈ ਇਹ ਦਵਾਈ ਕਿਹੜੀ ਹੈ ਓਮਨੀ ਜਲ ਇਹ ਟਿਊਬ ਆ 103 ਰੁਪਏ ਪ੍ਰਿੰਟ ਹੈ ਤੇ ਰੇਟ ਕਿੰਨਾ 32 ਰੁਪਏ 32 ਰੁਪਏ ਰੇਟ ਦੇ ਵਿੱਚ ਬੰਦਾ ਕਮਾ ਕੇ ਦੇ ਰਿਹਾ ਸਾਨੂੰ ਬੰਦਾ ਕੁਝ ਕਮਾਈ ਕਰ ਰਿਹਾ ਫਿਰ ਸਾਨੂੰ ਦੇ ਰਿਹਾ ਅਸੀਂ ਤੁਹਾਨੂੰ ਦੇ ਰਹੇ ਆ 32 ਰੁਪਏ ਅਸੀਂ ਖਰੀਦ ਕੇ ਲਿਆਏ ਆ ਆ ਰੱਖੀ ਯਾਰ ਇੱਥੇ 110% 18 ਰੁਪਏ ਦੇ ਰਹੇ ਆ ਲਓ ਜੀ ਆ ਸਿਪਲਾ ਕੰਪਨੀ ਦਾ ਕੈਪਸੂਲ ਆ ਇਹ ਮੈਕਸੀ ਵਿੱਚ ਮਲਟੀ ਵਿਟਾਮਿਨ ਹੈ ਜੀ ਇਹ ਮੈਕਸੀ ਵਿੱਚ ਇਹਦੇ ਤੇ ਪ੍ਰਿੰਟ ਹੈ 111 ਰੁਪਏ ਰੇਟ ਪਤਾ ਕਿੰਨਾ 18 ਰੁਪਏ 111 ਰੁਪਏ ਪ੍ਰਿੰਟ 18 ਰੁਪਏ ਰੇਟ ਹੱਦ ਹੋ ਗਈ ਯਾਰ ਕਿਸੇ ਮੈਂ ਇੱਕ ਗੱਲ ਕਹਿੰਦਾ ਗਰੀਬ 2544 ਰੁਪਏ ਪ੍ਰਿੰਟ ਰੇਟ ਆ ਲਓ ਇਹ ਹੈਗਾ ਜੇ 2544 ਰੁਪਏ ਪ੍ਰਿੰਟ ਤੇ 419 ਰੁਪਏ ਦਾ ਮਿਲਦਾ ਜੇ 419 ਰੁਪਏ ਸਾਡੇ ਕੋਲੇ ਨਾ ਵੇਖੋ ਤੁਹਾਡੀ ਸੋਸ਼ਲ ਮੀਡੀਆ ਦੀ ਤਾਕਤ 2544 ਰੁਪਏ ਦਾ ਇੰਜੈਕਸ਼ਨ ਸਾਡੇ ਕੋਲ ਚੰਡੀਗੜ੍ਹ ਤੋਂ ਵੀਰ ਆਇਆ ਤੁਸੀਂ ਵੀਡੀਓ ਸ਼ੇਅਰ ਕੀਤੀ ਚੰਡੀਗੜ੍ਹ ਤੋਂ ਵੀਰ ਆਇਆ ਉਹ ਰੋ ਪਿਆ ਇੱਥੇ ਆ ਕੇ ਰੋ ਪਿਆ ਆ ਉਹ ਆਂਦਾ ਯਾਰ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਡਾ ਘਰ ਦਾ ਮਰੀਜ਼ ਹੈ ਸਾਡੇ ਕੋਲ ਪੈਸੇ ਨਹੀਂ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ 419 ਰੁਪਏ ਦਾ ਟੀਕਾ ਦੇ ਰਹੇ ਜੇ 419 ਰੁਪਏ ਦਾ ਯਾਰ ਅਸੀਂ ਤਾਂ ਰੌਲਾ ਪਾਉਂਦੇ ਹਾਂ ਸਾਨੂੰ ਕੁਝ ਨਾ ਕਰਨ ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ ਅਸੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ ਕੱਲੀ ਕੱਲੀ ਚੀਜ਼ ਗੁਰੂ ਨਾਨਕ ਦੇ ਮੋਦੀ ਖਾਨੇ ਜਿਹੜੇ ਭਾਅ ਆਊਗੀ ਉਸੇ ਭਾਅ ਜਾਊਗੀ ਇਹ ਗੱਲ ਤੇ ਦ੍ਰਿੜ ਨਿਸ਼ਚਾ ਆਪਣਾ ਅਸੀਂ ਨਹੀਂ ਬਦਲਣਾ ਕੁਛ ਵੀ ਆ ਫੜੀ ਟੀਕਾ ਰੱਖੀ ਫ੍ਰਿਜ ਰੱਖਣਾ ਇਹ ਆ ਵੀ ਰੱਖਦੇ ਫ੍ਰਿਜ ਰੱਖਦੇ ਫ੍ਰਿਜ ਚ ਲਾਵੇ ਹੋਰ ਕਿਹੜੀਆਂ ਦਵਾਈਆਂ ਦਿਖਾਈ ਮੈਨੂੰ ਮੜ ਜਾ ਆ ਥੱਲੇ ਨਾ ਓਮਨੀ ਜੈਲ ਕਹਿੰਦੇ ਜਵਾਕਾਂ ਦੇ ਲਾਉਂਦੇ ਆ ਇਹ ਟਿਊਬ ਫੜਾਈ ਤੁਹਾਨੂੰ ਮੈਂ ਪਾਊਡਰ ਦਿੱਤਾ 50 ਰੁਪਏ ਵਾਲੀ 8 ਰੁਪਏ ਵਾਲੀ 500 ਰੁਪਏ 50 ਰੁਪਏ ਵਾਲੀ ਆ ਕਿਹੜੀ ਟਿਊਬ ਆ ਇਹ ਹੈਪੀ ਤੇਰੀ ਸਰਕਾਰ ਦੀਆਂ ਗੱਲਾਂ ਕਰਦੇ ਆ ਓਮਨੀ ਜੈਲ ਦੀ ਬੈਡਮਿੰਟਨ ਖੇਡਣ ਕਰਕੇ ਬੱਚਿਆਂ ਨੂੰ ਹਰ ਰੋਜ਼ ਲੋੜ ਰਹਿੰਦੀ ਆ ਮੈਂ ਹਫਤੇ 'ਚ 2 ਵਾਰ 153 ਰੁਪਏ ਦੀ ਪ੍ਰਤੀ ਜੈਲ ਖੁਦ ਖਰੀਦ ਕਰਦਾ ਹਾਏ ਓ ਰੱਬਾ ਲੈ ਆ ਲਓ 2544 ਰੁਪਏ ਪ੍ਰਿੰਟ ਰੇਟ ਆ ਲਓ ਇਹ ਹੈਗਾ ਜੇ 2544 ਰੁਪਏ ਪ੍ਰਿੰਟ ਤੇ 419 ਰੁਪਏ ਦਾ ਮਿਲਦਾ ਜੇ 419 ਰੁਪਏ ਸਾਡੇ ਕੋਲੇ ਨਾ ਵੇਖੋ ਤੁਹਾਡੀ ਸੋਸ਼ਲ ਮੀਡੀਆ ਦੀ ਤਾਕਤ 2544 ਰੁਪਏ ਦਾ ਇੰਜੈਕਸ਼ਨ ਸਾਡੇ ਕੋਲ ਚੰਡੀਗੜ੍ਹ ਤੋਂ ਵੀਰ ਆਇਆ ਤੁਸੀਂ ਵੀਡੀਓ ਸ਼ੇਅਰ ਕੀਤੀ ਚੰਡੀਗੜ੍ਹ ਤੋਂ ਵੀਰ ਆਇਆ ਉਹ ਰੋ ਪਿਆ ਇੱਥੇ ਆ ਕੇ ਰੋ ਪਿਆ ਆ ਉਹ ਆਂਦਾ ਯਾਰ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਡਾ ਘਰ ਦਾ ਮਰੀਜ਼ ਹੈ ਸਾਡੇ ਕੋਲ ਪੈਸੇ ਨਹੀਂ ਤੁਹਾਡੀ ਵੀਡੀਓ ਵੇਖੀ ਸੀ
ਤੁਸੀਂ 419 ਰੁਪਏ ਦਾ ਟੀਕਾ ਦੇ ਰਹੇ ਜੇ 419 ਰੁਪਏ ਦਾ ਯਾਰ ਅਸੀਂ ਤੇ ਰੌਲਾ ਪਾਉਂਦੇ ਹਾਂ ਸਾਨੂੰ ਕੁਝ ਨਾ ਕਰਨ ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ ਅਸੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ ਕੱਲੀ ਕੱਲੀ ਚੀਜ਼ ਗੁਰੂ ਨਾਨਕ ਦੇ ਮੋਦੀ ਖਾਨੇ ਜਿਹੜੇ ਭਾਅ ਆਊਗੀ ਉਸੇ ਭਾਅ ਜਾਊਗੀ ਇਹ ਗੱਲ ਤੇ ਦ੍ਰਿੜ ਨਿਸ਼ਚਾ ਆਪਣਾ ਅਸੀਂ ਨਹੀਂ ਬਦਲਣਾ ਕੁਛ ਵੀ ਆਪਣੀ ਟੀਕਾ ਰੱਖੀ ਫ੍ਰਿਜ ਰੱਖਣਾ ਇਹ ਕਲੋਬੀਨੇਟ ਜੀਐਮ ਟਿਊਬ ਹੈ ਇਹਦੇ ਤੇ ਰੇਟ ਹੈਗਾ ਸਾਲੀ ਅੱਖਾਂ ਨੂੰ ਦਿਖਦਾ ਹੀ ਕੱਖ ਨੀ ਓਮਨੀ ਜੈਲ ਦੀ ਬੈਡਮਿੰਟਨ ਖੇਡਣ ਕਰਕੇ ਬੱਚਿਆਂ ਨੂੰ ਹਰ ਰੋਜ਼ ਲੋੜ ਰਹਿੰਦੀ ਹੈ ਮੈਂ ਹਫ਼ਤੇ ਚ ਦੋ ਵਾਰ 153 ਰੁਪਏ ਦੀ ਪ੍ਰਤੀ ਜੈਲ ਖੁਦ ਖਰੀਦ ਕਰਦਾ ਹਾਏ ਓ ਰੱਬਾ ਲੈ ਹੈਲੋ ਹੁਣ ਦੱਸੋ ਵੀ ਗਰੀਬ ਆਦਮੀ ਜੇ ਸੜਕ ਤੇ ਬਹਿ ਕੇ ਰੋਟੀ ਕਮਾਉਂਦਾ ਨੂੰ ਡਾਂਗਾ ਮਾਰਦੇ ਆ ਇਹਨਾਂ ਨੂੰ ਫੜਨ ਵਾਲਾ ਕੋਈ ਹੈ ਅਗਲੀ ਚੀਜ਼ ਦੇਖਿਓ ਆ ਇੱਕ ਦਵਾਈ ਹੈ ਜੀ ਪੈਂਟੋਪਰਾਜ਼ੋਲ ਤੁਸੀਂ ਵੀ ਘਰਾਂ 'ਚ ਵਰਤਦੇ ਹੋਵੋਗੇ ਆਮ ਦਵਾਈਆਂ ਰਨਿੰਗ ਆਈਟਮ ਕਹਿੰਦੇ ਆ ਬਾਜ਼ਾਰਾਂ 'ਚ ਇਹਨੂੰ ਗੈਸ ਵਾਸਤੇ ਹੁੰਦੀ ਹੈ ਇਹਦੇ 'ਤੇ ਪ੍ਰਿੰਟ ਹੈ ਜੀ 108 ਰੁਪਈਏ ਪ੍ਰਿੰਟ ਹੈ ਇਹ ਦਵਾਈ ਦਾ ਪੱਤਾ 108 ਰੁਪਈਏ ਪ੍ਰਿੰਟ ਹੈ ਕੋਈ ਸਰਕਾਰ ਨਹੀਂ ਲਗਾਮ ਲਾਉਂਦੀ ਇਹਦੇ ਰੇਟ ਪਤਾ ਕਿੰਨਾ 9 ਰੁਪਈਏ ਸਿਰਫ 9 ਰੁਪਈਏ ਯਾਰ ਕਿੰਨੇ ਗੁਣਾ ਕਮਾਈ ਕਰਦੇ ਆ 9 ਰੁਪਈਏ ਵਾਲੀ ਚੀਜ਼ 'ਤੇ ਪ੍ਰਿੰਟ ਲਾਇਆ ਹੋਇਆ 108 ਰੁਪਈਏ ਕੋਈ ਹੈ ਇਹਨਾਂ ਨੂੰ ਡਾਂਗ ਮਾਰਨ ਵਾਲਾ ਕੋਈ ਹੈ ਇਹਨਾਂ ਦੀ ਧੌਣ ਨੂੰ ਹੱਥ ਪਾਉਣ ਵਾਲਾ ਕਿੱਡੀ ਲੁੱਟ ਖਸੁੱਟ ਚੋਰ ਬਜ਼ਾਰੀ ਇਹ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਆਪਾਂ ਆਪਣੀ ਯਾਰ ਇਹ ਕਫ ਦੀ ਆ 91 ਰੁਪਏ ਰੇਟ 21 ਰੁਪਏ ਦੀ ਆਪਾਂ ਇਹ ਕਫ ਸਿਰਫ ਆ ਸਾਡੇ ਕੋਲੇ 91 ਰੁਪਏ ਸਿਪਲਾ ਕੰਪਨੀ ਦਾ ਜੀ ਸਿਪਲਾ ਬ੍ਰਾਂਡ ਇਹਦੇ ਲਿਖਿਆ ਕਿੱਥੇ ਆ ਲਿਖਿਆ ਆ ਲਿਖਿਆ ਆ ਸਿਪਲਾ ਕੰਪਨੀ ਹੈ ਜੀ ਸਿਪਲਾ ਕੰਪਨੀ ਦਾ ਕਫ ਸਿਰਫ ਹੈ ਤੇ ਮੈਂ ਹੈਰਾਨ ਆ ਵੀ ਕਿਸੇ ਲੀਡਰ ਨੇ ਆ ਸਾਡੇ ਲੁਧਿਆਣੇ ਵਾਲਾ ਜਿਹੜਾ MP ਹੈ ਇਹਨੂੰ ਬੜੀ ਖਿੱਚ ਮੱਚੀ ਹੈ ਵੀ ਖਾਲਿਸਤਾਨ ਮੰਗਦੇ ਆ ਇਸੇ ਕਰਕੇ ਮੰਗਦੇ ਆ ਖਾਲਿਸਤਾਨ ਮੰਗਦਾ ਮੈਂ ਮੰਗਦਾ ਵੀ ਜਦੋਂ ਖਾਲਿਸਤਾਨ ਹੋਊ ਨਾ ਆ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ ਵੀ 21 ਰੁਪਈਏ ਵਾਲੀ ਚੀਜ਼ ਇਹਦਾ ਰੇਟ 91 ਰੁਪਈਏ ਰੱਖਿਆ ਹੋਇਆ ਜੇ ਗਰੀਬ ਆਦਮੀ ਮਿਹਨਤ ਕਰਕੇ ਆਪਣੇ ਘਰ ਦੀ ਰੋਟੀ ਕਮਾਵੇ ਤੇ ਕਿੰਨੇ ਡਿਪਾਰਟਮੈਂਟ ਰੇਟ ਮਾਰਦੇ ਆ ਤੁਹਾਡੇ ਘਰਾਂ 'ਚ ਇਹਨਾਂ 'ਤੇ ਕੋਈ ਰੇਟ ਮਾਰਦਾ ਵੀ ਤੁਸੀਂ ਲੋਕਾਂ ਦੀ ਚੰਬ ਲਾਹ ਕੇ ਲੈ ਜਾਂਦੇ ਹੋ ਕੋਈ ਰੇਟ ਮਾਰ ਸਾ ਰਾਜ ਮੰਗਦੇ ਆ ਖਾਲਸਾ ਖਾਸ ਕਹਾਵਾ ਸੋਈ ਜਾਂ ਕਹਿ ਰਿਦਾ ਭਰਮ ਨਾ ਹੋਈ ਹੁਣ ਆਹ ਵੇਖਿਓ ਜੀ ਇੱਕ ਆ ਸਪਰੇ ਆ ਓਮਨੀ ਜੈਲ ਕਹਿੰਦੇ ਆ ਸਿਪਲਾ ਕੰਪਨੀ ਕਿੰਨਾ ਪ੍ਰਿੰਟ ਹੈ 176 ਰੁਪਈਆ ਪ੍ਰਿੰਟ ਤੁਸੀਂ ਆਮ ਲੈਂਦੇ ਹੋ ਆ 73 ਰੁਪਏ ਦਾ ਮਿਲਦਾ ਜੀ 73 ਰੁਪਏ ਦਾ ਸਿਰਫ 73 ਰੁਪਈਏ ਯਾਰ ਮੈਂ ਪੁੱਛਣਾ ਚਾਹੁੰਦਾ ਲੀਡਰਾਂ ਨੂੰ ਤੁਹਾਨੂੰ ਇਹ ਗੱਲਾਂ ਨਜ਼ਰ ਨਹੀਂ ਆਉਂਦੀਆਂ ਹੈ ਤੁਹਾਨੂੰ ਇਹ ਨਜ਼ਰ ਆਉਂਦਾ ਵੀ ਫਲਾਣਾ ਸਿੰਗਰ ਇਹ ਕਰ ਗਿਆ ਫਲਾਣਾ ਸਿੰਗਰ ਇਹ ਕਰ ਗਿਆ ਆ ਜਿਹੜੇ ਘਰਾਂ 'ਚ ਬਹਿ ਕੇ ਲੋਕਾਂ ਦੀ ਚੰਮ ਲਾਉਂਦੇ ਆ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਤੇ ਫਿਰ ਵੇਖੋ ਸੰਗਤ ਜੀ ਇੱਕ ਗੱਲ ਤੁਹਾਨੂੰ ਦੱਸਦੇ ਆ ਇਹ ਜਿਨ੍ਹਾਂ ਨੂੰ ਤੁਸੀਂ MP ਬਣਾਇਆ ਜਿਨ੍ਹਾਂ ਨੂੰ ਤੁਸੀਂ ਮੰਤਰੀ ਬਣਾਇਆ ਟਿੱਲ ਦਾ ਜ਼ੋਰ ਲਾਇਆ ਪਿਆ ਵੀ ਗੁਰੂ ਨਾਨਕ ਮੋਦੀ ਖਾਨਾ ਬੰਦ ਕਰੋ ਟਿੱਲ ਦਾ ਜ਼ੋਰ ਲੱਗਿਆ ਪਿਆ ਇਹਨਾਂ ਦਾ ਮੈਂ ਬਾਰ ਬਾਰ ਕਹਿੰਦਾ ਕੋਈ ਪਤਾ ਨਹੀਂ ਕਿੱਦਣ ਬੰਦ ਕਰਾ ਦੇਣਾ ਪਰ ਜਿੰਨਾ